ਰਾਮਪੁਰਾ ਗਿੱਦੜਵਾ ਤੋਂ ਮਸ਼ੀਨਾਂ ਕਾਫੀ ਲੇਟ ਨੇ, ਇਹ ਸਰ ਦੇਰੀ ਹੋਈ ਹੈ ਅਤੇ ਲੇਟ ਹੋਈ ਹੈ, ਟੈਕਨੀਕਲੀ ਕੀ ਜੀ? ਨਹੀਂ ਦੇਖੋ, ਕਾਫੀ ਵੱਡੀ ਐਕਸਰਸਾਈਜ਼ ਹੁੰਦੀ ਹੈ ਔਰ ਜਿਹੜੇ ਇੱਥੇ 5 ਸਬ ਡਿਵੀਜ਼ਨਾਂ ਦੇ ਜਿਹੜੇ EVMs ਨੇ ਉਹਨਾਂ ਨੂੰ ਸਾਡੇ ਵੱਲੋਂ ਇੱਥੇ ਜਿਹੜਾ ਹੈਗਾ ਸਟਰੋਂਗ ਰੂਮ 'ਚ ਜਿਹੜਾ ਹੈਗਾ ਪਹੁੰਚਾਇਆ ਗਿਆ। ਇਹਦੇ 'ਚ ਵੱਡੀ ਐਕਸਰਸਾਈਜ਼ 'ਚ ਜਿਹੜਾ ਹੈਗਾ ਟਾਈਮ ਲੱਗ ਜਾਂਦਾ ਹੈ। ਈਵਨ ਹੁਣ ਵੀ EVMs ਜਿਹੜੇ ਨੇ ਉਹ ਸਟੋਰ ਹੋ ਰਹੇ ਨੇ ਅਤੇ ਜਿਹੜੇ ਕੈਂਡੀਡੇਟਸ ਨੇ ਉਹ ਇੱਥੇ ਹਾਜ਼ਰ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹ ਕੀਤਾ ਜਾ ਰਿਹਾ ਤਾਂ ਕਿ ਕਿਸੇ ਕਿਸਮ ਦਾ ਸ਼ੱਕ ਸੂਆ ਉਹਨਾਂ ਤੇ ਉਹਨਾਂ ਨੂੰ ਨਾ ਰਹੇ। ਬਿਲਕੁਲ, ਸਰਬਜੀਤ ਮਲਵਾ ਜਿਹੜਾ ਉਹਨਾਂ ਦੇ ਬਲਜੀਤ ਸਿੰਘ ਸਵੇਰੇ ਸੁਬਾਹ ਆਏ ਸੀ, ਉਹਨਾਂ ਨੇ ਕਿਹਾ ਸੀ ਲੇਟ ਨੇ ਰਾਮਪੁਰਾ ਗਿੱਦੜਵਾ ਖਾਸ ਤੌਰ 'ਤੇ, ਕਿਉਂਕਿ ਇਹ ਰਾਤ ਨੂੰ ਆ ਜਾਣੀਆਂ ਚਾਹੀਦੀਆਂ ਸੀ ਜਾਂ ਫਿਰ ਸੁਬਾਹ ਜਿਹੜੇ ਲੇਟ ਹੋਣ ਦਾ ਕਾਰਨ ਕੋਈ? ਨਹੀਂ ਦੇਖੋ, ਕਾਫੀ ਜਿਹੜਾ ਹੈਗਾ ਕੋਈ ਵੀ ARO ਹੈ ਉਹਨੂੰ ਕਾਫੀ ਜਿਹੜਾ ਹੈਗਾ ਉਹਦੇ 'ਚ ਪੇਪਰ ਵਰਕ ਕਰਨਾ ਪੈਂਦਾ। ਉਹਦੇ 'ਚ ਜੇ ਆਪਾਂ ਛੇਤੀ ਕਰਦੇ ਹਾਂ ਤਾਂ ਉਹ ਕਈ ਵਾਰੀ ਜਿਹੜਾ ਹੈਗਾ ਗਲਤੀ ਦੀ ਸੰਭਾਵਨਾ ਵੀ ਰਹਿ ਜਾਂਦੀ ਹੈ। ਸੋ ਪੂਰਾ ਇੱਕ ਵਾਰੀ ਡਬਲੀ ਸ਼ੋਰ ਹੋ ਕੇ ARO ਜਿਹੜੇ ਹੈਗੇ ਆ ਉਹ ਇੱਥੇ ਪਹੁੰਚੇ ਨੇ, ਸਾਰਾ ਪੇਪਰ ਵਰਕ ਉਹਨਾਂ ਦਾ ਕੰਪਲੀਟ ਹੈ, ਅਬਜ਼ਰਵਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਸੀਲਬੰਦ ਕੀਤਾ ਜਾ ਰਿਹਾ। ਗੱਲ ਕਰੀਏ ਸੁਰੱਖਿਆ ਦੀ, ਗੱਲ ਕਰੀਏ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ, ਕਿੰਨੇ ਲਹਿਰਾਂ 'ਚ ਇੱਥੇ ਸੁਰੱਖਿਆ ਹੋਊਗੀ, ਕਿਉਂਕਿ ਕੀ ਵਿਸ਼ਵਾਸ ਲੋਕਾਂ ਦਾ ਹੋਵਾਂ ਕਿ ਇਹਨਾਂ ਵੱਲੋਂ ਜਦੋਂ ਐਲੀਗੇਸ਼ਨ ਲਗਾਈ ਗਈ ਸੀ ਕਿ ਇੱਥੇ ਸਾਨੂੰ ਸੁਰੱਖਿਆ ਨਹੀਂ ਲੱਗ ਰਹੀ ਲੇਟ ਹੋਣ ਦੇ ਕਾਰਨ, ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਕਿੰਨੇ ਲਹਿਰਾਂ 'ਚ ਹੋਊਗੀ? ਇਹਦੇ 'ਚ ਅਸੀਂ 3 ਲੇਅਰ ਦੀ ਸੁਰੱਖਿਆ ਲਗਾਈ ਗਈ ਹੈ, ਜਿਹਦੇ 'ਚ ਕਿ ਜਿਹੜੀ ਸਭ ਤੋਂ ਨੇੜੇ ਦੀ ਸੁਰੱਖਿਆ ਉਹ CAPF ਦੀ ਹੈਗੀ, BSF ਦੇ ਜਿਹੜੇ ਹੈਗੇ ਸਿਪਾਹੀ ਜਿਹੜੇ ਨੇ ਤੈਨਾਤ ਨੇ ਉਹਨਾਂ ਦੇ ਅਸਿਸਟੈਂਟ ਕਮਾਂਡਰ ਵੀ ਜਿਹੜੇ ਨੇ ਉਹ ਇਸ ਟਾਈਮ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਜਿਹੜੀ ਹੈਗੇ ਸਾਰਾ ਸੁਰੱਖਿਆ ਪ੍ਰਬੰਧ ਦੇ ਨਾਲ ਜਿਹੜਾ ਹੈਗਾ ਇੱਥੇ ਸੀਲਬੰਦ ਕੀਤਾ ਜਾ ਰਿਹਾ EVMs ਨੂੰ ਸਟਰੋਂਗ ਰੂਮ ਦੇ ਵਿੱਚ। ਅਤੇ ਦੂਜੀ ਅਤੇ ਤੀਜੀ ਲੇਅਰ ਜਿਹੜੀ ਹੈਗੀ ਉਹ ਜਿਹੜੀ ਹੈਗੀ ਆਰਮਡ ਪੁਲਿਸ ਦੀ ਅਤੇ ਡਿਸਟ੍ਰਿਕਟ ਪੁਲਿਸ ਦੀ ਹੈ। ਇਹ ਪੂਰੀ 3 ਲੇਅਰ ਵਾਲੀ ਸਿਕਿਉਰਿਟੀ ਹੈ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਸਾਨੂੰ ਪ੍ਰੋਬਲਮ ਨਾ ਆਵੇ। ਇਹ ਇਲੈਕਸ਼ਨ ਕਮਿਸ਼ਨ ਦੇ ਨੋਰਮਸ ਦੇ ਮੁਤਾਬਕ ਸਿਕਿਉਰਿਟੀ ਦਾ ਅਰੇਂਜਮੈਂਟ ਕੀਤਾ ਗਿਆ। ਰਾਮਪੁਰਾ ਗਿੱਦੜਵਾ ਤੋਂ ਮਸ਼ੀਨਾਂ ਕਾਫੀ ਲੇਟ ਨੇ, ਇਹ ਸਰ ਦੇਰੀ ਹੋਈ ਹੈ ਅਤੇ ਲੇਟ ਹੋਈ ਹੈ, ਟੈਕਨੀਕਲੀ ਕੀ ਜੀ? ਨਹੀਂ ਦੇਖੋ, ਕਾਫੀ ਵੱਡੀ ਐਕਸਰਸਾਈਜ਼ ਹੁੰਦੀ ਹੈ ਔਰ ਜਿਹੜੇ ਇੱਥੇ 5 ਸਬ ਡਿਵੀਜ਼ਨਾਂ ਦੇ ਜਿਹੜੇ EVMs ਨੇ ਉਹਨਾਂ ਨੂੰ ਸਾਡੇ ਵੱਲੋਂ ਇੱਥੇ ਜਿਹੜਾ ਹੈਗਾ ਸਟਰੋਂਗ ਰੂਮ 'ਚ ਜਿਹੜਾ ਹੈਗਾ ਪਹੁੰਚਾਇਆ ਗਿਆ। ਇਹਦੇ 'ਚ ਵੱਡੀ ਐਕਸਰਸਾਈਜ਼ 'ਚ ਜਿਹੜਾ ਹੈਗਾ ਟਾਈਮ ਲੱਗ ਜਾਂਦਾ ਹੈ। ਈਵਨ ਹੁਣ ਵੀ EVMs ਜਿਹੜੇ ਨੇ ਉਹ ਸਟੋਰ ਹੋ ਰਹੇ ਨੇ ਅਤੇ ਜਿਹੜੇ ਕੈਂਡੀਡੇਟਸ ਨੇ ਉਹ ਇੱਥੇ ਹਾਜ਼ਰ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹ ਕੀਤਾ ਜਾ ਰਿਹਾ ਤਾਂ ਕਿ ਕਿਸੇ ਕਿਸਮ ਦਾ ਸ਼ੱਕ ਸੂਆ ਉਹਨਾਂ ਤੇ ਉਹਨਾਂ ਨੂੰ ਨਾ ਰਹੇ। ਬਿਲਕੁਲ, ਸਰਬਜੀਤ ਮਲਵਾ ਜਿਹੜਾ ਉਹਨਾਂ ਦੇ ਬਲਜੀਤ ਸਿੰਘ ਸਵੇਰੇ ਸੁਬਾਹ ਆਏ ਸੀ, ਉਹਨਾਂ ਨੇ ਕਿਹਾ ਸੀ ਲੇਟ ਨੇ ਰਾਮਪੁਰਾ ਗਿੱਦੜਵਾ ਖਾਸ ਤੌਰ 'ਤੇ, ਕਿਉਂਕਿ ਇਹ ਰਾਤ ਨੂੰ ਆ ਜਾਣੀਆਂ ਚਾਹੀਦੀਆਂ ਸੀ ਜਾਂ ਫਿਰ ਸੁਬਾਹ ਜਿਹੜੇ ਲੇਟ ਹੋਣ ਦਾ ਕਾਰਨ ਕੋਈ? ਨਹੀਂ ਦੇਖੋ, ਕਾਫੀ ਜਿਹੜਾ ਹੈਗਾ ਕੋਈ ਵੀ ARO ਹੈ ਉਹਨੂੰ ਕਾਫੀ ਜਿਹੜਾ ਹੈਗਾ ਉਹਦੇ 'ਚ ਪੇਪਰ ਵਰਕ ਕਰਨਾ ਪੈਂਦਾ। ਉਹਦੇ 'ਚ ਜੇ ਆਪਾਂ ਛੇਤੀ ਕਰਦੇ ਹਾਂ ਤਾਂ ਉਹ ਕਈ ਵਾਰੀ ਜਿਹੜਾ ਹੈਗਾ ਗਲਤੀ ਦੀ ਸੰਭਾਵਨਾ ਵੀ ਰਹਿ ਜਾਂਦੀ ਹੈ। ਸੋ ਪੂਰਾ ਇੱਕ ਵਾਰੀ ਡਬਲੀ ਸ਼ੋਰ ਹੋ ਕੇ ARO ਜਿਹੜੇ ਹੈਗੇ ਆ ਉਹ ਇੱਥੇ ਪਹੁੰਚੇ ਨੇ, ਸਾਰਾ ਪੇਪਰ ਵਰਕ ਉਹਨਾਂ ਦਾ ਕੰਪਲੀਟ ਹੈ, ਅਬਜ਼ਰਵਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਸੀਲਬੰਦ ਕੀਤਾ ਜਾ ਰਿਹਾ। ਗੱਲ ਕਰੀਏ ਸੁਰੱਖਿਆ ਦੀ, ਗੱਲ ਕਰੀਏ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ, ਕਿੰਨੇ ਲਹਿਰਾਂ 'ਚ ਇੱਥੇ ਸੁਰੱਖਿਆ ਹੋਊਗੀ, ਕਿਉਂਕਿ ਕੀ ਵਿਸ਼ਵਾਸ ਲੋਕਾਂ ਦਾ ਹੋਵਾਂ ਕਿ ਇਹਨਾਂ ਵੱਲੋਂ ਜਦੋਂ ਐਲੀਗੇਸ਼ਨ ਲਗਾਈ ਗਈ ਸੀ ਕਿ ਇੱਥੇ ਸਾਨੂੰ ਸੁਰੱਖਿਆ ਨਹੀਂ ਲੱਗ ਰਹੀ ਲੇਟ ਹੋਣ ਦੇ ਕਾਰਨ, ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਕਿੰਨੇ ਲਹਿਰਾਂ 'ਚ ਹੋਊਗੀ? ਇਹਦੇ 'ਚ ਅਸੀਂ 3 ਲੇਅਰ ਦੀ ਸੁਰੱਖਿਆ ਲਗਾਈ ਗਈ ਹੈ, ਜਿਹਦੇ 'ਚ ਕਿ ਜਿਹੜੀ ਸਭ ਤੋਂ
ਨੇੜੇ ਦੀ ਸੁਰੱਖਿਆ ਉਹ CAPF ਦੀ ਹੈਗੀ, BSF ਦੇ ਜਿਹੜੇ ਹੈਗੇ ਸਿਪਾਹੀ ਜਿਹੜੇ ਨੇ ਤੈਨਾਤ ਨੇ, ਉਹਨਾਂ ਦੇ ਅਸਿਸਟੈਂਟ ਕਮਾਂਡਰ ਵੀ ਜਿਹੜੇ ਨੇ ਉਹ ਇਸ ਟਾਈਮ ਸਾਡੇ ਨਾਲ ਇੱਥੇ ਮੌਜੂਦ ਨੇ। ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਜਿਹੜੀ ਹੈਗੇ ਸਾਰਾ ਸੁਰੱਖਿਆ ਪ੍ਰਬੰਧ ਦੇ ਨਾਲ ਜਿਹੜਾ ਹੈਗਾ ਇੱਥੇ ਸੀਲਬੰਦ ਕੀਤਾ ਜਾ ਰਿਹਾ EVMs ਨੂੰ ਸਟਰੋਂਗ ਰੂਮ ਦੇ ਵਿੱਚ। ਅਤੇ ਦੂਜੀ ਅਤੇ ਤੀਜੀ ਲੇਅਰ ਜਿਹੜੀ ਹੈਗੀ ਉਹ ਜਿਹੜੀ ਹੈਗੀ ਆਰਮਡ ਪੁਲਿਸ ਦੀ ਅਤੇ ਡਿਸਟ੍ਰਿਕਟ ਪੁਲਿਸ ਦੀ ਹੈ। ਇਹ ਪੂਰੀ ਤਿੰਨ ਲੇਅਰ ਵਾਲੀ ਸਿਕਿਉਰਿਟੀ ਹੈ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਸਾਨੂੰ ਪ੍ਰੋਬਲਮ ਨਾ ਆਵੇ। ਇਹ ਇਲੈਕਸ਼ਨ ਕਮਿਸ਼ਨ ਦੇ ਨੋਰਮਸ ਦੇ ਮੁਤਾਬਕ ਸਿਕਿਉਰਿਟੀ ਦਾ ਅਰੇਂਜਮੈਂਟ ਕੀਤਾ ਗਿਆ।